ਕਰਤਾਰ ਸਿੰਘ ਦੁੱਗਲ ਦੀ ਕਹਾਣੀ ਗਨੀ ਦੇ ਬਾਪੂ ਗੋਨੀ ਤੂੰ ਸੌਂ ਗਿਆ ਬਾਹਰ ਆਪਣੇ ਘਰ ਵਾਲੇ ਦੇ ਪੈਰਾਂ ਦੀ ਬਿੜਕ ਸੁਣ ਕੇ ਗੋਨੀ ਦੀ ਚਾਈ ਨੇ ਪੋਲੇ ਜੇ ਉਤੋਂ ਪੁੱਛਿਆ ਗੋਨੀ ਸੁੱਤਾ ਨਹੀਂ ਸੀ ਮਸ਼ਟ ਮਾਰ ਕੇ ਪਿਆ ਸੀ ਗੋਨੀ ਦੀ ਚਾਈ ਨੇ ਈਸ਼ਵਰ ਦਾ ਲੱਖ ਸ਼ੁਕਰ ਕੀਤਾ ਮੁੰਡਾ ਜਾਗ ਨਹੀਂ ਰਿਹਾ ਸੀ ਹਮੇਸ਼ਾ ਪੈਰਾਂ ਦੀ ਬਿੜਕ ਤੋਂ ਪਛਾਣ ਜਾਂਦੀ ਜਦੋਂ ਉਹ ਦਾ ਖਾਵੰਦ दारू ਪੀ ਕੇ ਆਉਂਦਾ ਸੀ ਲੜਖੜਾ ਰਹੇ ਕਦਮ ਠਕ ਠਠਕ 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 ਠਕ ਠਕ ਇੱਕ ਕਦਮ ਡਗਮਗਾ ਰਿਹਾ ਦੂਜਾ ਮੂੰਹ ਤੋਂ ਆਪ ਮੁਹarre ਗੰਦੀਆਂ ਗਾਲੀਆਂ ਬਕ ਰਿਹਾ ਹੁੰਦਾ ਉਧਰੋਂ ਗਲੀ 'ਚ ਵੜਦਾ ਇਧਰ ਆਪਣੀ ਤ੍ਰੀਮਤ ਨੂੰ ਸੁਲਾਬਤਾਂ ਸੁਣਾਉਣੀਆਂ ਸ਼ੁਰੂ ਕਰ ਦਿੰਦਾ ਰਾਮਦਾ ਦੀ ਕੰਜਰੀ ਮੈਂ दारू ਕਿਉਂ ਨਾ ਪੀਆ ਇੱਕ ਖਾਵੰਦ ਨੂੰ ਖਾ ਚੁੱਕੀ ਐ ਡੈਨ ਹੁਣ ਮੈਨੂੰ ਡਕਾਰਨਾ ਚਾਹਨੀ ਐ दारू ਕਿਉਂ ਨਾ ਕੋਈ ਪੀਏ ਤੇ ਗੋਬਿੰਦੀ ਸੋਚਦੀ ਕਦੋਂ ਉਹਨੂੰ ਦਾਰੂ ਪੀਣ ਤੋਂ ਮਨਾ ਕਰਦੀ ਸੀ ਉਹ ਤੇ ਬਸ ਉਸ ਨਾਲ ਗੱਲ ਨਹੀਂ ਕਰਦੀ ਸੀ ਜਿਸ ਦਿਨ ਉਹ ਇੰਜ ਸ਼ਰਾਬ ਪੀ ਕੇ ਘਰ ਮੁੜਦਾ ਉਹ ਤੋਂ ਉਸ ਵੱਲ ਬਸ ਵੇਖਿਆ ਨਹੀਂ ਸੀ ਜਾਂਦਾ ਗੋਬਿੰਦੀ ਨੂੰ ਆਪਣੇ ਖਾਵਨ ਤੋਂ ਸਰਾਤ ਬੜਾ ਡਰ ਲੱਗਦਾ ਸੀ ਅੰਗ-ਅੰਗ ਉਹਦਾ ਕੰਬਣੀ ਲੱਗ ਕੰਬਣ ਲੱਗ ਪੈਂਦਾ ਡਰ ਲੱਗਣ ਵਾਲੀ ਤੇ ਗੱਲ ਸੀ ਜਿੱਥੇ ਆਂਦਾ ਚਪੇੜ ਕੱਢ ਕੇ ਮਾਰਦਾ ਜਿੱਥੇ ਆਂਦਾ ਘਸੁੰਨ ਮਾਰ ਦਿੰਦਾ ਤੇ ਨਾਲ ਹੀ ਕਿਸ ਤਰ੍ਹਾਂ ਦੀਆਂ ਗਾਲੀਆਂ ਬਕਦਾ ਸੀ ਉਹਦਾ ਪਿਓ ਭਰਾ ਪੁੰਨਦਾ ਰਹਿੰਦਾ ਇੰਨੀਆਂ ਗੰਦੀਆਂ ਗਾਲੀਆਂ ਇੰਨੀਆਂ ਗੰਦੀਆਂ ਗਾਲੀਆਂ ਉਹ ਕੰਨਾਂ 'ਚ ਬੁੱਝੇ ਦੇ ਲੈਂਦੀ। ਗੋਬਿੰਦੀ ਲੱਖ ਲੱਖ ਸ਼ੁਕਰ ਕਰ ਰਹੀ ਸੀ ਉਹਦਾ ਪੁੱਤਰ ਸੌਂ ਚੁੱਕਾ ਸੀ। ਮੁੰਡਾ ਸਿਆਣਾ ਹੋ ਗਿਆ ਸੀ। ਹੁਣ ਉਹਦੇ ਸਾਹਮਣੇ ਆਪਣੇ ਮਰਦ ਤੋਂ ਮਾਰ ਖਾਣੀ ਉਹਨੂੰ ਬੜੀ ਅਜੀਬ ਲੱਗਦਾ। ਨਾਲੇ ਗੌਣੀਓ ਤੋਂ ਕਿਵੇਂ ਕੁਰੇਦ-ਕੁਰੇਦ ਕੇ ਸਵਾਲ ਪੁੱਛਦਾ ਸੀ। ਨਿੱਕੇ-ਨਿੱਕੇ ਸਵਾਲ ਕਰਦਾ ਜਾਂਦਾ ਤੇ ਫਿਰ ਉਹਦੀ ਮਾਂ ਤੋਂ ਕੋਈ ਜਵਾਬ ਨਾ ਬਣ ਪੈਂਦਾ। ਗਣਿਤ ਸੌਂ ਗਿਆ ਗੋਬਿੰਦੀ ਨੇ ਫੇਰ ਪੱਕਿਆਂ ਕੀਤਾ ਬੱਚਾ ਮਸਟ ਮਾਰੀ ਹੁੰਜਦਾ ਹੁੰਜ ਪਿਆ ਰਿਆ ਅਸੀਂ ਤੇ ਨਹੀਂ ਸੁੱਤੇ ਮੁੱਤੀਆਂ ਵਾਲਿਓ ਅੰਦਰ ਵੜਦੇ ਉਸ ਜ਼ੋਰ ਦੀ ਹਿਚਕੀ ਲਈ ਤੇ ਬਾਜ਼ਾਰ ਦੇ ਗੁੰਡਿਆਂ ਵਾਂਗ ਰਾਂ ਅੱਖ ਮਾਰ ਕੇ ਗੋਬਿੰਦੀ ਨੂੰ ਛੇੜਿਆ ਗੋਬਿੰਦੀ ਚੁੱਪ ਰਹੀ ਉਹਦੇ ਚਵਾਰੀ दारू ਦੀ ਬੋਤਲ ਜਿਵੇਂ ਉਹਦਾ ਨੱਕ ਭੁੱਜ ਰਿਆ ਹੋਵੇ ਲਟਕੇ ਆ ਹੋਠ ਫਟੇ ਫਟੇ ਡੇਲੇ ਸੂਲਾ ਵਾਂਗ ਰਾਂ ਸੁਖੜ ਖਲੋਤੇ ਵਾਲ ਅੱਜ ਤੇ ਪਹਿਲਾਂ ਤੋਂ ਵੀ ਕਿਤੇ ਵਧੇਗ ਪੀ ਕੇ ਆਇਆ ਸੀ ਤੇਰੀ ਮਾਂ ਦਾ ਯਾਰ ਤੇ ਅਜੇ ਨਹੀਂ ਸੁੱਤਾ ਗੋਬਿੰਦੀ ਦੇ ਮਰਦ ਨੇ ਉਹਨੂੰ ਠੁੱਡਾ ਕੱਢ ਮਾਰਿਆ ਚੁੱਪਚੀਪੀ ਤੇ ਉੱਠ ਕੇ ਆਪਣੇ ਪੈਰਾਂ 'ਚ ਖੜਾ ਵਾ ਅੜਾਰੀ ਸੀ ਤਾਂ ਜੇ ਉਹਨੂੰ ਪ੍ਰਾਤ ਹੇਟ ਰੱਖੀ ਰੋਟੀ ਕੱਢ ਦੇਵੇ ਅਚਾਨਕ ਕਿੰਜ ਪਿੱਛੋਂ ਲੱਤ ਪੈਣ ਤੇ ਗੋਬਿੰਦੀ ਸਾਹਮਣੇ ਚੌਂਕੇ ਚ ਮੁੱਢੀ ਜਾ ਲਗੀ ਗੋਮਿੰਦੀ ਹਮੇਸ਼ਾ ਵੰਗਰਾਂ ਕੋਈ ਨਹੀਂ ਕਿਤੇ ਗੌਣੀ ਨਾ ਜਾਗ ਜਾਏ ਨਾਲ ਦੀ ਖੋਲੀ ਵਾਲੀ ਕੀ ਸੋਚਣਗੇ ਤੇ ਹਮੇਸ਼ਾ ਵੰਗਰਾਂ ਉਹਦੇ ਮਰਦ ਨੂੰ ਇਹਦੇ ਹੋਰ ਗੁੱਸਾ ਆਇਆ ਅੱਗੋ ਬੋਲਦੀ ਕਿਉਂ ਨਹੀਂ ਸੀ ਤੇ ਫਿਰ ਉਸ ਲੱਤਾਂ ਨਾਲ ਮੁੱਕਿਆਂ ਨਾਲ ਉਹਨੂੰ ਪਿੰਜ ਕੇ ਰੱਖ ਛੱਡਿਆ ਗੋਨੀ ਨੇ ਪੋਲੇ ਦੇ ਅੱਖੀਆਂ ਖੋਲੀਆਂ ਚੌਂਕੇ ਚ ਬਿਹਾਲ ਕੁੱਟਖਾਰੀ ਆਪਣੀ ਮਾਂ ਨੂੰ ਇੱਕ ਨਜ਼ਰ ਵੇਖਿਆ ਫਿਰ ਉਂਜ ਦੀਆਂ ਉਂਜ ਪਲਕਾਂ ਭੀੜ ਲਈਆਂ ਗੋਨੀ ਦਾ ਦਿਲ थरथਰ ਕੰਬ ਰਿਹਾ ਸੀ ਇੱਕ ਵਾਰਿੰਜ ਉਹਦੀ ਛਾਈ ਨੂੰ ਮਾਰ ਪੈ ਰਹੀ ਸੀ ਤੇ ਉਹ ਕਿਤੇ ਬਾਹਰੋਂ ਖੇਡ ਦਾ ਘਾਰ ਆਵੜਿਆ ਖੋੜੀ ਚ ਸਪੈਰ ਪਾਇਆ ਹੀ ਸੀ ਕਿ ਉਹਦਾ ਪਿਓ ਨੇ ਉਹਨੂੰ ਵੀ ਕੁੱਟਣਾ ਸ਼ੁਰੂ ਕਰ ਦਿੱਤਾ ਕਿ ਇੰਜ ਹੱਕਾ ਬੱਕਾ ਕਿਉਂ ਵੇਖ ਰਿਆ ਸੀ ਪਰ ਉਹ ਤੇ ਇਹਦਾ ਪਹਿਲਾ ਬਾਪੂ ਸੀ ਇਹਦਾ ਆਪਣਾ ਪਿਓ दारू ਨਹੀਂ ਪੀਂਦਾ ਸੀ ਪਰ ਇਹਦੀ ਚਾਈ ਨੂੰ ਇਹਨਾਂ ਬਿਨ ਇੰਜੇ ਕੁੱਟਦਾ ਸੀ ਕਦੀ ਲੱਤਾਂ ਨਾਲ ਕਦੀ ਮੁੱਕਿਆਂ ਨਾਲ ਕਦੀ ਡੰਮਣੀ ਨਾਲ दारू ਨਹੀਂ ਪੀਂਦਾ ਸੀ ਪਰ ਉਹਨੂੰ ਜੂਏ ਦੀ ਲਤ ਸੀ ਜਿਸ ਦਿਨ ਜਿੱਤ ਕੇ ਆਉਂਦਾ ਉਸ ਦਿਨ ਵੀ ਉਹਦੀ ਮਾਂ ਨੂੰ ਮਾਰਦਾ ਉਹ ਖੁਸ਼ ਕਿਉਂ ਨਹੀਂ ਹੁੰਦੀ ਸੀ ਤੇ ਜਿਸ ਦਿਨ ਹਾਰ ਕੇ ਆਉਂਦਾ ਉਸ ਦਿਨ ਵੀ ਉਹਦੀ ਮਾਂ ਨੂੰ ਮਾਰਦਾ ਉਹਦਾ ਮੂੰਹ ਕਿਉਂ ਸੁੱਜਿਆ ਹੋਇਆ ਸੀ ਤੇ ਫਿਰ ਜਿਸ ਦਿਨ ਉਹ ਇਹਦੀ ਚਾਈ ਦੀਆਂ ਵਾਲੀਆਂ ਲਾਣਾ ਚਾਹੁੰਦਾ ਸੀ ਗੋਬਿੰਦੀ ਨੂੰ ਆਪਣੀਆਂ ਵਾਲੀਆਂ ਨਾਲ ਬੜਾ ਜੋੜ ਸੀ ਉਦੀ ਮਰ ਗਈ ماں ਦੀ ਨਿਸ਼ਾਨੀ ਸਨ ਇੱਕ ਵਾਰ ਉਸ ਕਿਹਾ ਦੂਜੀ ਵਾਰ ਕਿਹਾ ਤੀਜੀ ਵਾਰ ਉਸ ਗੋਬਿੰਦ ਨੂੰ ਆਪਣੇ ਗੋਡੇਆਂ ਹੇਠ ਢਾਕੇ ਦੋਹਾਂ ਕੰਨਾਂ ਦੀਆਂ ਵਾਲੀਆਂ ਤਰੁੰਡ ਲਈਆਂ ਜਵਾਨ ਜਹਾਨ ਗੋਬਿੰਦੀ ਦੇ ਕੰਨਾਂ ਦਾ ਮਾਸ ਸੀ ਬਲੁੰਦਰਿਆ ਹੋਇਆ ਵਾਲੀਆਂ ਨਾਲ ਉਹਦੇ ਹੱਥ 'ਚ ਆ ਗਿਆ ਟਰਿਪ ਟਰਿਪ ਲਹੂ ਵਗਿਆ ਸੀ ਫਿਰ ਕਿੰਨੇ ਦਿਨ ਉਹਦੀ ਛਾਈ ਦੇ ਕੰਨਾਂ ਦਾ ਇਲਾਜ ਹੁੰਦਾ ਰਿਹਾ ਖਾਨ ਦੇ ਡਾਕਟਰ ਨੂੰ ਇਹਦੀ ਛਾਈ ਨੇ ਕਿਹਾ ਸੀ ਉਹਨਾਂ ਦੇ ਘਰ ਚੋਰ ਆਇਆ ਸੀ ਚੋਰੋਦਿਆਂ ਵਾਲੀਆਂ ਨਾਲ ਉਹਦੇ ਕੰਨ ਵੀ ਛੀਰ ਕੇ ਲੈ ਗਿਆ ਸੀ ਤੇ ਮੁਰਮੂ ਡਾਕਟਰ ਕਹਿੰਦਾ ਤੁਸੀਂ ਪੁਲਿਸ ਨੂੰ ਖਬਰ ਦੇਣੀ ਸੀ ਪੁਲਿਸ ਵਾਲੀਆਂ ਟੋਲ ਕੇ ਤੁਹਾਨੂੰ ਭਾਵੇਂ ਨਾ ਦਿੰਦੀ ਪਰ ਚੋਰ ਕੋਲ ਤੇ ਨਾ ਉਹਨਾਂ ਨੂੰ ਰਹਿਣ ਦਿੰਦੀ ਆਪਣੇ ਪਹਿਲੇ ਖਾਬੰਦ ਨਾਲ ਹਮੇਸ਼ਾ ਗੋਬਿੰਦੀ ਦਾ ਝਗੜਾ ਹੁੰਦਾ ਜਦੋਂ ਖਾਨ ਤੋਂ ਕੋਇਲਾ ਚੋਰਾ ਕੇ ਲਿਆਉਂਦਾ ਖਾਨ ਦੇ ਹਾਥੇ ਚ ਕੋਇਲਾ ਮਿੱਟੀ ਘੱਟੇ ਵਾਂਗ ਪਿਆ ਹੁੰਦਾ ਸੀ ਤੇ ਸਾਰੇ ਖਾਨ ਮਜ਼ਦੂਰ ਕੋਇਲਾ ਚੋਰਾ ਕੇ ਲੈ ਜਾਂਦੇ ਖਾਨ ਮਾਲਕਾਂ ਨੂੰ ਵੀ ਪਤਾ ਸੀ ਚੌਕੀਦਾਰ ਵੀ ਜਾਣਦੇ ਸੀ ਤਾਂ ਵੀ ਚੋਰੀ ਆਖਰ ਚੋਰੀ ਹੈ ਗੋਬਿੰਦੀ ਕਹਿੰਦੀ ਉਹਦੇ ਵੇੜੇ 'ਚ ਨਿੱਕਾ ਜਿਹਾ ਬਾਲ ਖੇਡਦਾ ਸੀ ਉਹ ਆਪਣੇ ਘਰ ਚੋਰੀ ਦਾ ਮਾਲ ਨਹੀਂ ਵੜਨ ਦੇएगी ਨਾਲੇ ਉਸ ਕੋਲੇ ਦਾ ਧੂਆਂ ਕਿੰਨਾ ਹੁੰਦਾ ਸੀ ਤੇ ਜਿਸ ਰਾਤ ਉਹਦਾ ਖਾਵੰਦ ਕੋਇਲਾ ਲਿਆਉਂਦਾ ਉਸ ਰਾਤ ਉਹਨਾਂ ਦੇ ਘਰ ਕਲਾ ਵਰਤ ਜਾਂਦੀ ਪਹਿਲੇ ਤੂ ਤੂ ਮੈਂ ਮੈਂ ਹੁੰਦੀ ਫਿਰ ਮਾਰ ਕੁੱਟਾਈ ਹੋ ਜਾਂਦੀ ਉਹਦਾ ਖਾਵੰਦ ਉਹਨੂੰ ਕੋਇਲੇ ਦੇ ਢੇਰ ਤੇ ਢਾ ਕੇ ਕੁੱਟਦਾ ਜਿੱਥੇ ਜਿੱਥੇ ਚੋਟ ਲੱਗਦੀ ਜਾਂ ਫੱਟ ਪੈ ਜਾਂਦਾ ਜਾਂ ਨੀਲ ਇੱਕ ਵਾਰੀ ਗੌਨੀ ਨੇ ਆਪਣੀ ਝਾਈ ਨੂੰ ਨਹਾ ਰਹੀ ਵੇਖਿਆ ਸਾਰਾ ਪਿੰਡਾ ਉਹਦਾ ਨੀਲੋ ਨੀਲ ਹੋਇਆ ਪਿਆ ਸੀ ਨਾਲੇ ਉਹਨੂੰ ਇਸ ਗੱਲ ਤੋਂ ਵੀ ਚਿੜਸੀ ਉਹਦੀ ਤਰੀਮਤ ਕੰਮ ਕਰਨ ਲਈ ਕਿਉਂ ਕਹਿੰਦੀ ਸੀ ਸਾਰੇ ਖਾਨ ਮਜ਼ਦੂਰਾਂ ਦੀਆਂ ਘਰਵਾਲੀਆਂ ਖਾਨ ਚ ਨੌਕਰ ਸਨ ਬਸ ਇੱਕ ਗੌਨੀ ਦਾ ਪਿਓ ਹੀ ਆਪਣੀ ਤਰੀਮਤ ਨੂੰ ਘਰ ਬਿਠਾਇਆ ਸੀ ਮੇਰੇ ਪਿੰਡ ਕਿਸੇ ਨੂੰ ਪਤਾ ਲੱਗਾ ਤੇ ਉਹ ਕੀ ਕਹਿਣਗੇ ਵਕਤ ਹੋਰ ਦੇ ਹੋਰ ਹੋ ਗਏ ਸਨ ਉੱਥੇ ਦਾ ਉੱਥੇ ਬੈਠਾ ਸੀ ਜਿੱਥੇ ਉਹਦਾ ਪਿਓ ਸੀ ਜਿੱਥੇ ਉਹਦੇ ਪਿਓ ਦਾ ਪਿਓ ਸੀ ਬਾਕੀ ਖੋਲੀਆਂ ਛੇ ਮਹੀਨੇ ਦੋ ਤਲਬਾਂ ਆਉਂਦੀਆਂ ਸੀ ਇਹਨਾਂ ਦੇ ਘਰ ਇੱਕ ਇੱਕ ਤਲਬ ਨਾਲ ਘਰ ਦਾ ਗੁਜ਼ਾਰਾ ਮੁਸ਼ਕਲ ਹੁੰਦਾ ਸੀ ਤੇ ਗੋਨੀ ਦੇ ਪਿਓ ਨੂੰ ਇਹ ਤੇ ਵੀ ਗੁੱਸਾ ਹੁੰਦਾ ਸੀ ਜਦੋਂ ਉਹਦਾ ਹੱਥ ਤੰਗ ਹੁੰਦਾ ਕਿਸੇ ਨਾ ਕਿਸੇ ਬਹਾਨੇ ਆਪਣੀ ਤਰੀਮਤ ਤੇ ਵਰਨ ਲੱਗ ਪੈਂਦਾ ਪਰ ਉਹਨੂੰ ਖਾਨ ਚ ਕੰਮ ਨਾ ਕਰਨ ਦਿੰਦਾ ਨਾਲ ਦੀਆਂ ਬਾਕੀ ਖੋਲੀਆਂ ਦੇ ਮਜ਼ਦੂਰ ਵੀ ਆਪਣੀਆਂ ਘਰਵਾਲੀਆਂ ਨੂੰ ਮਾਰਦੇ ਸੀ ਪਰ ਕਿਤੇ ਸਾਲ 6 ਮਹੀਨੇ ਨੂੰ ਗੋਨੀ ਦੀ ਛਾਈ ਨੂੰ ਇਹ ਵੀ ਪਤਾ ਸੀ ਖਾਨ ਮਜ਼ਦੂਰਾਂ ਦੀਆਂ ਕਈ ਤਰੀਕਤਾਂ ਸਗੋਂ ਆਪਣੇ ਮਰਦਾਂ ਨੂੰ ਕੁੱਟਦੀਆਂ ਸਨ ਗੋਬਿੰਦੀ ਸੋਚਦੀ ਤੇ ਸਿਰ ਤੋਂ ਪੈ ਲੈ ਕੇ ਪੈਰਾਂ ਤੱਕ ਕੰਬ ਜਾਂਦੀ ਕੋਈ ਆਪਣੇ ਖਾਬੰਦ ਨੂੰ ਕਿਵੇਂ ਮਾਰ ਸਕਦੀ ਹੈ ਗੋਬਿੰਦੀ ਸੋਚਦੀ ਤੇ ਆਪਣੇ ਕੰਨਾਂ ਨੂੰ ਹੱਥ ਲਾਣ ਲੱਗ ਪੈਂਦੀ ਤੇ ਫਿਰ ਇੱਕ ਦਿਨ ਜਦੋਂ ਖਾਨ ਤੋਂ ਮੁੜਿਆ ਉਹਦੇ ਉਲਟੀਆਂ ਹੋ ਰਹੀਆਂ ਸਨ ਇਹਦੇ ਉਲਟੀਆਂ ਉਧਰ ਦਸ ਸਵੇਰੇ ਕੰਮ ਤੇ ਜਾਣ ਤੋਂ ਪਹਿਲਾਂ ਉਸ ਗੌਣੀ ਦੀ ਚਾਹ ਨੂੰ ਕਿਵੇਂ ਚੰਬਿਆ ਸੀ ਤੇ ਹੁਣ ਕਿਵੇਂ ਨੇ ਢਾਲ ਪਾਇਆ ਪਿਆ ਸੀ ਗੋਬਿੰਦੀ ਉਹਦੀਆਂ ਉਲਟੀਆਂ ਸਾਹਮਣੇ ਹਟਦੀ ਤੇ ਉਹਦੀ ਧੋਤੀ ਸਾਫ਼ ਕਰਨ ਲੱਗ ਪੈਂਦੀ ਤੇ ਫਿਰ ਉਹਦੇ ਵਹਿੰਦਿਆਂ ਵਹਨੇ ਉਹਦਾ ਬੁਖਾਰ ਸਿਰ ਨੂੰ ਚੜ ਗਿਆ ਤੇ ਇਤੋਂ ਪਹਿਲੇ ਕਿ ਡਾਕਟਰ ਅੱਪੜ ਸਕਦਾ ਓ ਠੰਡਾ ਹੋ ਗਿਆ ਉਹਦੀਆਂ ਅੱਖਾਂ ਟੱਡੀਆਂ ਦੀਆਂ ਟੱਡੀਆਂ ਰਹਿ ਗਈਆਂ ਉਹਦਾ ਮੂੰਹ ਖੁੱਲੇ ਦਾ ਖੁੱਲਾ ਰਹਿ ਗਿਆ ਗੋਨੀ ਦੇ ਪਿਤਾ ਦੀ ਮੌਤ ਤੇ ਗੋਬਿੰਦੀ ਕਿਵੇਂ ਰੋਈ ਸੀ ਪਿੱਟ ਪਿੱਟ ਕੇ ਉਸ ਆਪਣੇ ਟੋਟੇ ਲਾ ਸੁਟੇ ਉਹਨੂੰ ਯਾਦ ਕਰਦੀ ਮੁੜ ਮੁੜ ਕਰ ਲਾਉਣ ਲੱਗ ਪੈਂਦੀ ਗੋਨੀ ਨੂੰ ਵੇਖਦੀ ਉਹਦੀਆਂ ਅੱਖਾਂ 'ਚ ਛਮ ਛਮ ਅਥਰੂ ਕਿਰਨ ਲੱਗ ਪੈਂਦੇ ਉਹਦੀ ਅੰਗ ਗਵੰਡਣਾ ਉਹਨੂੰ ਤਰਵਾਸ ਬਣਾਉਂਦੀਆਂ ਰਹਿੰਦੀਆਂ ਦੋ ਚਾਰ ਦਿਨ 10 ਦਿਨ ਫਿਰ ਖਾਣ ਵਾਲਿਆਂ ਨੇ ਗੋਨੀ ਦੀ ਛਾਈ ਨੂੰ ਕੰਮ ਤੇ ਲਾ ਲਿਆ ਤਾਂ ਜੋ ਜਿਸ ਖੋਲੀ 'ਚ ਰਹਿੰਦੀ ਸੀ ਉਸੇ 'ਚ ਟਿਕੇ ਰਹੀ ਤੇ ਜਿਹੜੀ ਮਜ਼ਦੂਰੀ ਉਹਦੇ ਘਰ ਵਾਲੇ ਘਰ ਪਹਿਲੇ ਆਉਂਦੀ ਸੀ ਉਹ ਮਜ਼ਦੂਰੀ ਵੀ ਆਉਂਦੀ ਰਹੀ ਖੋਲੀ ਦੀ ਹਨੇਰੀ ਨੁੱਕਰ ਚ ਪਿਆ ਗੌਣੀ ਇੰਜ ਸੋਚ ਰਿਹਾ ਸੀ ਕਿ ਅੱਧੀ ਰਾਤ ਹੋ ਗਈ ਉਹਨੂੰ ਨੀਂਦਰ ਨਹੀਂ ਸੀ ਆ ਰਹੀ ਕਦੀ ਪਲਾਤੇ ਜੇ ਪਲਕਾਂ ਖੋਲ ਕੇ ਇੱਕ ਝਟ ਦੋ ਝਟ ਲਈ ਅੱਗੇ ਪਿੱਛੇ ਵੇਖ ਲੈਂਦਾ ਫਿਰ ਉਹਦੀਆਂ ਪਲਕਾਂ ਢਿੱਡ ਜਾਂਦੀਆਂ ਉਹਦੀ ਚਾਈ ਚੌਂਕੇ ਚ ਪਈ ਪਈ ਸੌਂ ਗਈ ਸੀ ਉਹਦੇ ਪਿਓ ਨੇ ਆਪ ਹੀ ਆਪਰਾਥੇ ਟੱਕੀ ਰੋਟੀ ਕੱਢੀ ਗਵਾਂਡੀਆਂ ਦੇ ਘਰੋਂ ਆਏ ਸਲੂਨੇ ਨਾਲ ਉਹਨੂੰ ਖਾਧਾ ਤੇ ਫਿਰ ਪੱਲਾ ਵਿਛਾ ਕੇ ਦਰਵਾਜ਼ੇ ਕੋਲ ਪੈ ਗਿਆ ਗੋਬਿੰਦੀ ਨੇ ਸਲੋਣੇ ਦੀ ਸਗਵੀ ਕੌਲੀ ਉਸ ਲਈ ਰੱਖ ਛੱਡੀ ਸੀ ਬਸ ਇੱਕ ਡੱਕਰਾ ਆਲੂ ਦਾ ਗੋਨੀ ਨੂੰ ਗੋਨੀ ਨੂੰ ਦਿੱਤਾ ਸੀ ਚੰਨ ਦੀ ਚਾਨਣੀ ਰੋਸ਼ਨਦਾਨ ਚੋਂ ਛਣ ਛਣ ਕੇ ਉਹਦੀ ਛਾਈ ਦੇ ਜੂੜੇ ਤੇ ਪੈ ਰਹੀ ਸੀ ਉਹਦੀ ਛਾਈ ਕਿਵੇਂ ਜੂੜਾ ਬਣਾਉਂਦੀ ਸੀ ਆਪਣੇ ਰੇਸ਼ਮ ਦੇ ਲੱਛਿਆਂ ਵਰਗੇ ਵਾਲਾਂ ਨੂੰ ਮਰੋੜੀ ਦੇ ਕੇ ਗੰਢ ਜੀ ਪਾ ਦਿੰਦੀ ਤੇ ਬਾਧੂ ਵਾਲ ਉੰਜ ਦੇ ਉੰਜ ਲਟਕਦੇ ਰਹਿੰਦੇ ਪਹਿਲੇ ਉਹਦਾ ਜੂੜਾ ਕਿੰਨਾ ਭਾਰਾ ਹੁੰਦਾ ਸੀ ਤੇ ਹੁਣ ਇੰਨਾ ਭਾਰਾ ਨਹੀਂ ਸੀ ਰਿਹਾ ਉਹਨਾਂ ਦੇ ਨਾਂ 'ਚ ਉਹਦੇ ਵਾਲ ਕਿਵੇਂ ਲਿਸ਼ਕਿਆ ਕਰਦੇ ਸਨ ਇੱਕ ਪਿੰਨੀ ਪਿੰਨੀ ਖੁਸ਼ਬੂ ਆਉਂਦੀ ਰਹਿੰਦੀ ਅੱਠੇ ਪੈਰ ਰਾਤ ਨੂੰ ਸੌਣ ਵੇਲੇ ਗੌਣੀ ਆਪਣਾ ਨੱਕ ਉਹਦੀ ਕਿਸੇ ਲਿਟ ਤੇ ਰੱਖ ਦਿੰਦਾ ਤੇ ਉਹਦੀਆਂ ਪਲਕਾਂ ਜੁੜ ਜਾਂਦੀਆਂ ਹਰ ਰੋਜ਼ ਇਵੇਂ ਕਰਦਾ ਇੱਕ ਅਜੀਬ ਰੌਣਕ ਹੁੰਦੀ ਸੀ ਉਹਦੀ ਚਾਈ ਦੇ ਮੂੰਹ ਮੱਥੇ ਤੇ ਅੱਜ ਬਹੁਤੇ ਦਿਨ ਸੀ ਹੋਏ ਉਹਦੇ ਬਾਪੂ ਨੂੰ ਮਰੇ ਕਿ ਚਾਚਾ ਉਹਨਾਂ ਦੇ ਘਰ ਆਉਣ ਲੱਗ ਪਿਆ ਜਦੋਂ ਆਂਦਾ ਗੌਣੀ ਲਈ ਕੁਝ ਨਾ ਕੁਝ ਲੈ ਆਉਂਦਾ ਕਦੀ ਕੋਈ ਖਡਾਉਣਾ ਕਦੀ ਕੋਈ ਖਾਣ ਦੀ ਚੀਜ਼ ਤੇ ਉਹਦੇ ਚਾਈ ਵਾਲੇਵੇਂ ਵੇਖਦਾ ਸੀ ਸਵੇਰੇ ਸ਼ਾਮਾਂ ਕੇ ਬੈਠਾ ਰਹਿੰਦਾ ਮੋਹਾਟ ਦੀ ਮਿੱਟੀ ਵੀ ਉਸ ਪੁੱਟ ਖਾਦੀ ਇਹਦੀ ਮਾਂ ਦੀ ਘੇਲੀ ਨੇ ਇੱਕ ਦਿਨ ਉਹਦੀ ਚਾਹ ਨੂੰ ਕਿਹਾ ਸੀ ਤੇ ਫਿਰ ਦੋਵੇਂ ਹੱਸ ਪਈਆਂ ਹਰ ਦੂਜੇ ਰੋਜ਼ ਗੋਨੀ ਨੂੰ ਬਾਜ਼ਾਰ ਲੈ ਤੁਰਦਾ ਕਦੀ ਸਿਨੇਮਾ ਵਖਾਉਣ ਕਦੀ ਸੈਰ ਕਰਾਉਣ ਤੇ ਜਿਸ ਚੀਜ਼ ਤੇ ਗੋਨੀ ਹੱਥ ਰੱਖਦਾ ਉਹੀ ਉਹਨੂੰ ਖਰੀਦ ਦਿੰਦਾ ਤੇ ਫਿਰ ਇੱਕ ਦਿਨ ਉਹਦੀ ਚਾਹ ਦੀ ਸ਼ਾਮ ਦੀ ਸ਼ਿਫਟ ਸੀ ਇੱਕਦੋਂ ਦਾ ਆ ਕੇ ਉਡੀਕ ਰਿਆ ਸੀ ਦੁੱਧ ਚਿੱਟੇ ਧੋਬੀ ਦੇ ਕੱਪੜੇ ਪਾਈ ਇੰਤਜ਼ਾਰ ਕਰਦਾ ਰਿਹਾ ਕਰਦਾ ਰਿਹਾ ਤਰਕਾਲਾਂ ਪੈ ਗਈਆਂ ਪਤਾ ਨਹੀਂ ਕਿਉਂ ਦੀ ਛਾਈ ਨੂੰ ਉਸ ਦਿਨ ਦੇਰ ਹੋ ਰਹੀ ਸੀ ਗੌਣੀ ਨੂੰ ਤੇ ਨਿੰਦਰ ਆ ਰਹੀ ਸੀ ਤੇ ਰਾਤ ਵੀ ਤੇ ਕਿੰਨੀ ਲੰਘ ਗਈ ਸੀ ਤੇ ਫਿਰ ਗੌਣੀ ਦੀਆਂ پلਕਾਂ ਭਾਰੀਆਂ ਭਾਰੀਆਂ ਹੋਣ ਲੱਗੀਆਂ ਫਿਰ ਗੌਣੀ ਦੀਆਂ پلਕਾਂ ਜੁੜ ਗਈਆਂ ਇਨ ਬੇਨ ਇਸ ਤਰ੍ਹਾਂ ਦੀ ਰਾਤ ਸੀ ਜਿਸ ਤਰ੍ਹਾਂ ਦੀ ਰਾਤ ਅੱਜ ਸੀ ਚੰਨ ਦੀ ਚਾਨਣੀ ਰੋਸ਼ਨਦਾਨ ਚ ਛਣ ਛਣ ਕੇ ਖੋਲੀ ਚ ਪੈ ਰਹੀ ਸੀ ਅੱਧੀ ਰਾਤ ਨੂੰ ਕਿਤੇ ਗੌਣੀ ਦੀ ਅੱਖ ਖੁੱਲੀ ਖੋਲੀ ਦੇ ਬਾਹਰ ਉਹਦੀ ਛਾਈ ਦੇ ਕਦਮਾਂ ਦੀ ਆਵਾਜ਼ ਸੀ ਤੇ ਫਿਰ ਖੋਲੀ ਦਾ ਦਰਵਾਜ਼ਾ ਖੁੱਲਿਆ ਉਹਦੀ ਛਾਈ ਕੋਲਾ ਟੋਟ ਉਹ ਕੇ ਉੰਜ ਦੀ ਉੰਜ ਮਿੱਟੀ ਕੱਟੇ ਨਾਲ ਵਿੱਚ ਲੁੱਦੀ ਸੀ ਕਿਉਂਕਿ ਕੰਮ ਕਰਦੀ ਨੂੰ ਦੇਰ ਹੋ ਗਈ ਸੀ ਤੇ ਨਹਾਏ ਬਿਨਾਂ ਹੀ ਘਰ ਤੋਂ ਰਾਈ ਸੀ ਪਿੱਛੇ ਗੌਣੀ ਜੋ ਕੱਲਾ ਸੀ ਖੋਲੀ ਦਾ ਬੂਹਾ ਖੋਲ ਕੇ ਉਹ ਅੰਦਰ ਬੜੀ ਸੀ ਕਿ ਉਡੀਕ ਰਿਹਾ ਉਹਨੇ ਉਹਨੂੰ ਆਪਣੇ ਕਲਾਵੇ 'ਚ ਲੈ ਲਿਆ ਤੇ ਕਦੋਂ ਦਾ ਪੀੜੇ ਤੇ ਬੈਠਾ ਉਦਾਰਾ ਵੇਖ ਰਿਆ ਸੀ ਵੇ ਜੀਣੇ ਜੋ ਗਿਆ ਮੈਨੂੰ ਕੱਪੜੇ ਤੇ ਬਦਲਣ ਦੇ ਮੈਂ ਮਿੱਟੀ ਕੱਟੇ 'ਚ ਲਿਬੜੀ ਆਂ ਪਰ ਨਹੀਂ ਉਹ ਤੇ ਉੰਜ ਦਾ ਉੰਜ ਨੂੰ ਪਿਆਰ ਕਰਦੇ ਸੀ ਮੂੰਹ ਤੇ ਮੱਥੇ ਤੇ ਗੱਲਾਂ ਤੇ ਗਲੇ ਤੇ ਗਰਦਨ ਤੇ ਬਾਹਾਂ ਤੇ ਮੋਢਿਆਂ ਤੇ ਤਲੀਆਂ ਤੇ ਉਹਦੀਆਂ ਉਂਗਲਾਂ ਨੂੰ ਮੜਮੜ ਮੂੰਹ ਚ ਲੈ ਕੇ ਰੜਕਣ ਲੱਗ ਪੈਂਦਾ ਥੋਬੀ ਦੇ ਦੁੱਧ ਚਿੱਟੇ ਥੋਤੇ ਉਹਦੇ ਕੱਪੜੇ ਕਾਲਖ ਨਾਲ ਲੁੱਤੇ ਗਏ ਉਹਦੇ ਮੂੰਹ ਤੇ ਮੱਥੇ ਤੇ ਕਾਲ ਕਾਲਖ ਹੋ ਗਈ ਤੇ ਉਹਦੀ ਮਾਂ ਕਿੰਜ ਉਹਦੀਆਂ ਬਾਹਾਂ ਚ ਮਚਲ ਮਚਲ ਪੈ ਰਹੀ ਸੀ ਗੌਣੀ ਨੂੰ ਲੱਗਿਆ ਜਿਵੇਂ ਉਹਦੀ ਛਾਈ ਇਕਦਮ ਲੰਮੀ ਹੋ ਗਈ ਹੋਵੇ ਕੁਠੇ ਜਨੀ ਉੱਚੀ ਤੇ ਫੇਰ ਇੱਕ ਨਸ਼ੇ ਜਿਹੇ ਗੌਣੀ ਦੀਆਂ ਪਲਕਾਂ ਜੁੜ ਗਈਆਂ ਉਹ ਖੂਕ ਸੌਂ ਗਿਆ। ਅਗਲੇ ਦਿਨ ਉਹ ਉਹਦੀ ਛਾਈ ਨੂੰ ਚਾਦਰਾਂ 'ਚ ਪਾਲ ਪਾ ਲਈਆਂ ਸਨ ਤੇ ਉਹਦੀ ਮਾਂ ਨੇ ਗੌਣੀ ਨੂੰ ਸਮਝਾਇਆ ਸੀ ਹੁਣ ਉਹਨੂੰ ਚਾਚਾ ਨਾ ਬੁਲਾਇਆ ਕਰੇ ਬਾਪੂ ਕਿਆ ਕਰੇ। ਵਿਆਹ ਤੋਂ ਬਾਅਦ 2 ਦਿਨ 4 ਦਿਨ 10 ਦਿਨ ਕਿੰਜ ਕਿੰਜ ਉਹਦੀ ਮਾਂ ਦੀਆਂ ਖਾਤਰਾਂ ਕਰਦਾ ਸੀ ਉਹਦੇ ਪੈਰਾਂ ਹੇਠ ਤਲੀਆਂ ਵਿੱਚ ਛਾਈ ਰੱਖਦਾ। ਤੇ ਫੇਰ ਇੱਕ ਦਿਨ ਉਹ दारू ਪੀ ਕੇ ਆਇਆ। ਉਹਦੀ ਛਾਈ ਉਹਨੂੰ ਵੇਖ ਕੇ ਹੱਕੀ ਬੱਕੀ ਰਹਿ ਗਈ। ਉਸ ਤੇ ਉਹ ਕਦੀ ਨਹੀਂ ਕਿਹਾ ਸੀ ਕਿ ਉਹ दारू ਪੀਂਦਾ ਸੀ ਤੇ ਇੰਜ ਉਹਨੂੰ 6.5 ਪਈ ਵੇਖ ਸ਼ਰਾਬ ਚ ਬਦਮਸ਼ਤ ਉਸ ਗੋਬਿੰਦੀ ਨੂੰ ਚਪੇੜ ਕੱਢ ਮਾਰੀ ਸੀ ਹੈਰਾਨ ਗੋਬਿੰਦੀ ਉਹਦੇ ਮੂੰਹ ਹਲ ਵੇਖ ਰਹੀ ਸੀ ਉਸ ਉਹਨੂੰ ਇੱਕ ਹੋਰ ਚਪੇੜ ਦੇ ਮਾਰੀ ਤੇ ਫਿਰ ਮੁੱਕੇ ਤੇ ਲੱਤਾਂ ਉਸ ਦਿਨ ਤੇ ਅੱਜ ਦਾ ਦਿਨ ਹਮੇਸ਼ਾ ਉਹ दारू ਪੀ ਕੇ ਆਂਦਾ दारू ਪੀ ਕੇ ਮੁੜਦਾ ਹਮੇਸ਼ਾ ਆਪਣੀ ਧੀਮਤ ਨੂੰ ਕੁੱਟਦਾ ਗੋਨੀ ਦੀ ਚਾਈ ਚੁੱਪਚਾਪੀ ਤੀ ਹਰ ਵਾਰ ਉਹਦੀ ਕੁੱਟ ਖਾ ਲੈਂਦੀ ਕਦੀ ਸ਼ਿਕਾਇਤ ਨਾ ਕਰਦੀ ਅੱਜ ਦੀ ਰਾਤ ਤੂੰ ਅੱਗੇ ਤੂੰ ਕਿਤੇ ਵਧੇਰੇ ਨਸ਼ਾ ਕਰਕੇ ਆਇਆ ਅੱਗੇ ਤੂੰ ਕਿਤੇ ਵਧੇਰੇ ਉਹਦੀ ਚਾਈ ਨੂੰ ਕੁੱਟਿਆ ਸੀ ਤੇ ਜਿਵੇਂ ਚੌਂਕੇ 'ਚ ਜਾ ਕੇ ਡਿੱਗੀ ਸੀ ਉੰਜ ਦੀ ਉੰਜ ਪਈ ਸੀ ਗੋਨੀ ਸੋਚਦਾ ਉਹਨਾਂ ਦਿਨਾਂ 'ਚ ਕਿਵੇਂ ਬਾਪੂ ਉਹਦੀ ਮਾਂ ਦੀਆਂ ਖਾਤਰਾਂ ਕਰਦਾ ਸੀ ਤੇ ਹੁਣ ਕਿਵੇਂ ਕਸਾਈਆਂ ਵਾਂਗ ਉਹਨੂੰ ਕੁੱਟਦਾ ਸੀ ਇੰਜ ਹੀ ਉਹਦਾ ਪਹਿਲਾ ਬਾਪੂ ਉਹਦੀ ਚਾਈ ਨੂੰ ਮਾਰਿਆ ਕਰਦਾ ਸੀ ਆਖਰੀ ਦਿਨ ਤੱਕ ਉਹਨੂੰ ਕੁੱਟਦਾ ਰਿਹਾ ਤੇ ਜਿ세 ਨੂੰ ਮਰਿਆ ਉਸ ਰੋਜ ਸਵੇਰੇ ਵੀ ਉਹਨੂੰ ਲੱਤ ਮਾਰ ਕੇ ਉਹਦੇ ਪੇਟ 'ਚ ਸੂਲ ਪਾ ਗਿਆ ਸੀ ਸੋਚਦਾ ਸੋਚਦਾ ਗੋਨੀ ਸੌਂ ਗਿਆ ਅਗਲੀ ਸਵੇਰ ਧੁੱਪਾ ਨਿਕਲ ਆਇਆ ਸਨ ਤਾਂ ਕਿਤੇ ਉਹਦੀ ਅੱਖ ਖੁੱਲੀ ਬਾਪੂ ਕਦੋਂ ਦਾ ਕੰਮ ਤੇ ਤੁਰ ਗਿਆ ਸੀ ਉਹਦੀ ਛਾਈ ਉਹਦੇ ਕੋਲ ਬੈਠੀ ਸੀ ਹਰ ਰੋਜ਼ ਦੀ ਤਰ੍ਹਾਂ ਉਹਦੇ ਹੱਥ ਨੂੰ ਆਪਣੇ ਦੋਹਾਂ ਹੱਥਾਂ 'ਚ ਲੈ ਕੇ ਬਿਟ ਬਿਟ ਉਹਦੇ ਵੱਲ ਵੇਖ ਰਹੀ ਸੀ ਆਪਣੀ ਜਾਨ ਦੇ ਟੁਕੜੇ ਨੂੰ ਗੋਨੀ ਨੂੰ ਅੱਜ ਆਪਣੀ ਮਾਂ ਤੇ ਅੰਤਾਂ ਦਾ ਪਿਆਰ ਆ ਰਿਹਾ ਸੀ ਆਪਣੀ ਬਾਹ ਨੂੰ ਉਹਦੀ ਗਰਦਨ ਦੇ ਗਿਰਦ ਬਲਿੰਗ ਕੇ ਪੋਲੇ ਜਿ ਉਸ ਉਹਦੇ ਸਿਰ ਨੂੰ ਆਪਣੇ ਨਿੱਕੇ ਜੀ ਛਾਤੀ ਤੇ ਰੱਖ ਲਿਆ ਤੇ ਫਿਰ ਆਪਣੇ ਨੱਕ ਨੂੰ ਉਹਦੇ ਰੁੱਖੇ ਵਾਲਾਂ 'ਚ ਲੁਕਾ ਲਿਆ ਜਿਸ ਤਣਾ ਉਹਦੀ ਛਾਈ ਨੂੰ ਪਿਛਲੀ ਰਾਤ ਉਹਦੇ ਬਾਪੂ ਨੇ ਮਾਰਿਆ ਸੀ ਸਾਰੇ ਦਾ ਸਾਰਾ ਦ੍ਰਿਸ਼ ਉਹਦੀਆਂ ਅੱਖਾਂ ਦੇ ਸਾਹਮਣੇ ਘੁੰਮ ਰਿਹਾ ਸੀ ਛਾਈ ਕੁਝ ਚਿਰ ਬਾਅਦ ਉਹ ਆਪਣੀ ਮਾਂ ਨੂੰ ਪੁਕਾਰਿਆ ਉਹਦੀ ਮਾਂ ਇੱਕ ਨਸ਼ੇ ਜੈ 'ਚ ਜਿਵੇਂ ਪਈ ਹੋਈ ਸੀ ਛਾਈ ਗੋਨੀ ਨੇ ਅਤਿਅੰਤ ਲਾੜ 'ਚ ਫਿਰ ਆਪਣੀ ਮਾਂ ਨੂੰ ਪੁਕਾਰਿਆ ਗੋਬਿੰਦੀ ਉਂਝ ਦੀਆਂ ਉਂਜੱਖੀਆਂ ਮਿੱਟੀ ਹਿਲੌਰ ਜੈ 'ਚ ਪਈ ਸੀ ਛਾਈ ਇਸ ਵਰ ਗੋਨੀ ਨੇ ਆਪਣੀ ਮਾ ਵੱਲੋਂ ਜਵਾਬ ਉਡੀਕੇ ਬਿਨਾ ਭੁੱਲੇ ਜੇ ਉਹਦੇ ਕੰਨ 'ਚ ਕਿਹਾ ਚਾਈ ਹੋਣੇ ਬਾਪੂ ਕਦੋਂ ਮਰੇਗਾ ਧੰਨ